ਭਾਵੇਂ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ, ਪਰ ਉਹਨਾਂ ਦੇ ਆਪਣੇ ਹੀ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦੇ ਦਿਖਾਈ ਨਹੀਂ ਦਿੰਦੇ। ਅੰਮ੍ਰਿਤਸਰ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਅਤੇ ਕਿਸਾਨਾਂ ਨੂੰ MSP ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ, ਅਸ਼ਿਓਰ ਕੀਤੀ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਬੜੇ ਦਾਅਵੇ ਦੇ ਨਾਲ ਕੈਪਟਨ ਸਰਕਾਰ ਅੱਗੇ ਇਹ ਮੰਗ ਰੱਖਦੇ ਦਿਖਾਈ ਦਿੱਤੇ। ਹੁਣ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਗੱਲਾਂ ਦਾ ਜਵਾਬ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਦਿੱਤਾ ਗਿਆ ਹੈ। ਉਹਨਾਂ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਤਾੜਨਾ ਕੀਤੀ ਹੈ ਕਿ ਉਹਨਾਂ ਨੂੰ ਭਾਰਤ ਨਾਲੋਂ ਪੰਜਾਬ ਨੂੰ ਤੋੜਨ ਵਾਲੀਆਂ ਖਤਰਨਾਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਭਾਰਤ ਦਾ ਹੀ ਹਿੱਸਾ ਪੰਜਾਬ ਹੈ ਅਤੇ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਉਹ ਕਿਤੇ ਵੀ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਸਕਦੀਆਂ। ਕਿਵੇਂ ਗੁੱਸੇ ਦੇ ਵਿੱਚ ਆ ਗਏ ਰਵਨੀਤ ਸਿੰਘ ਬਿੱਟੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਤੁਸੀਂ ਆਪ ਹੀ ਦੇਖ ਲਓ। ਦੇਖੋ, ਬਹੁਤ ਤਰ੍ਹਾਂ ਦੀਆਂ ਗੱਲਾਂ ਹਰ ਪੋਲੀਟੀਕਲ ਪਾਰਟੀ ਦਾ ਲੀਡਰ, ਹਰ ਜਿਹੜਾ ਮਾਹਰ ਆ, ਹਰ ਕਿਸਾਨ ਕਰ ਰਿਹਾ, ਕਰਨੀ ਵੀ ਚਾਹੀਦੀ ਆ। ਪਰ ਇੱਕ ਗੱਲ ਨੂੰ ਸਮਝੋ ਵੀ ਪੰਜਾਬ ਦੇ ਵਿੱਚ 1,60,000 ਮੈਟ੍ਰਿਕ ਟਨ ਜਿਹੜੀ ਉਹ ਪੈੜੀ ਹੁੰਦੀ ਆ ਆਪਣੀ, ਜਿਹੜੀ ਹੁਣ ਮੰਡੀਆਂ 'ਚ ਆਉਣੀ ਆ, 1,30,000 ਮੈਟ੍ਰਿਕ ਟਨ ਆ ਜਿਹੜੀ ਉਹ ਆਪਣੇ ਵੀਟ ਆ, ਜਿਹੜੀ ਕਣਕ ਆ ਉਹ ਹੁੰਦੀ ਆ। ਅਤੇ ਇਹ ਤਕਰੀਬਨ ਇਹ 70,000 ਕਰੋੜ ਦੀ, ਜਿਵੇਂ ਮੈਂ ਵਾਰ ਵਾਰ ਕਿਹਾ, ਇਹ ਹੁੰਦੀ ਆ। ਇੱਕ ਗੱਲ ਨੂੰ ਸਮਝੋ, ਜਿਹੜੇ ਲੀਡਰ ਜਾਂ ਲੋਕ, ਕਿਸਾਨ ਯੂਨੀਅਨ ਨਹੀਂ ਪਰ ਕਈ ਪੋਲੀਟੀਕਲ ਲੀਡਰ ਨੇ ਜਿਹੜੇ, ਉਹ ਛੋਟੀ ਗੱਲ ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਤਿਆਰੀ ਨਹੀਂ ਗਈ, ਉਹ ਵੀ ਪੰਜਾਬ ਦੇ ਹਿੱਤ ਦੇ ਆ, ਪਰ ਮੈਂ ਦੱਸੋ ਵੀ ਆਪਣੇ ਕੋਲ ਇੰਨੇ ਵੱਡੇ, ਇੰਨੀ ਫਸਲ ਰੱਖਣ ਨੂੰ ਵੱਧ ਤੋਂ ਵੱਧ 1 ਸਾਲ ਤਾਂ ਆਪਾਂ ਸਾਰੇ ਗੋਦਾਮਾਂ 'ਚ ਰੱਖ ਸਕਦੇ ਹਾਂ, ਉਦੋਂ ਬਾਅਦ ਕੌਣ ਖਰੀਦੂਗਾ ਇਹਨੂੰ? ਤੁਸੀਂ ਸੋਚਿਆ ਕਦੇ? ਇਹ ਤਾਂ ਕਹੀ ਜਾਂਦੇ ਹੋ ਵੀ ਪੰਜਾਬ ਰੂਲ ਬਣਾ ਲਏ, ਪੰਜਾਬ ਇਨਸ਼ੋਰ ਕਰੇ MSP। ਬਈ ਪੰਜਾਬ ਅਤੇ ਹਿੰਦੁਸਤਾਨ, ਇੰਡੀਆ ਇੱਕ ਆ, ਆਪਾਂ ਠੂਠਾ ਲੈ ਕੇ ਆਪਣੀ ਆਪਣਾ ਦੇਸ਼ ਆ, ਕਿਉਂ ਇਹ ਬਣਾਈ ਜਾਂਦੇ ਹੋ? ਇਹ ਗੱਲ ਬੜੀਆਂ ਖਤਰਨਾਕ ਨੇ ਜਿਹੜੀਆਂ ਕਰ ਰਹੇ ਆ, ਵੀ ਆਪਣੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਆ। ਜਿਹੜੇ ਵੀ ਲੋਕ ਨੇ, ਬੜੇ ਸੀਨੀਅਰ ਲੀਡਰ ਨੇ ਜਿਹੜੇ, ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਕਰ ਰਹੇ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇਹ ਗੱਲਾਂ ਨਾ ਕਰੋ। ਹਿੰਦੁਸਤਾਨ ਆਪਣਾ ਦੇਸ਼ ਹੈ ਯਾਰ, ਤੁਸੀਂ ਸਮਝੋ, ਇਸ ਦੇਸ਼ ਦੇ ਵਿੱਚ ਸਭ ਤੋਂ ਵੱਡੇ ਲੱਖਾਂ ਦੀ ਗਿਣਤੀ ਪੰਜਾਬੀਆਂ ਦੀ ਫੌਜ 'ਚ, ਲੱਖਾਂ ਦੀ ਗਿਣਤੀ ਪੈਰਾਮਿਲਟਰੀ ਫੋਰਸਿਸ ਆ, ਲੱਖਾਂ ਤਾਂ ਮੈਂ ਘੱਟ ਕਹਿ ਰਿਹਾ, ਸ਼ਾਇਦ ਕਰੋੜਾਂ ਦੀ ਗਿਣਤੀ 'ਚ ਆਲ ਇੰਡੀਆ ਟਰੱਕ ਨੇ ਜਿਹੜੇ, ਆਪਣੇ ਟਰੱਕ ਵੀਰ ਨੇ, ਟਰਾਂਸਪੋਰਟਰ, ਉਹ ਚੱਲ ਰਹੇ ਆ, ਹੋਰ ਕਿੰਨੇ ਲੋਕ ਲੈ ਰਹੇ ਆ। ਤੁਸੀਂ ਕਿਵੇਂ ਸੋਚ ਸਕਦੇ ਹੋ ਵੀ ਹਿੰਦੁਸਤਾਨ 'ਚ, ਇੰਡੀਆ, ਭਾਰਤ ਸਾਡੇ ਤੋਂ ਨਾਤਾ ਤੋੜ ਲੇਗਾ? ਹਾਂ, ਜਿਵੇਂ ਮੰਗਾਂ ਮਨਾਉਂਦੇ ਰਹੇ ਆ, ਉਵੇਂ ਉਹਨਾਂ 'ਤੇ ਜ਼ੋਰ ਆ ਜਿਹੜਾ ਉਹ ਦੇ ਕੇ ਗੱਲਾਂ ਮਨਾਉਣੀਆਂ ਅਤੇ ਉਹਨੂੰ ਮੰਨਣੀਆਂ ਪੈਣਗੀਆਂ। ਉਸ ਗੱਲ 'ਚ ਅਸੀਂ ਕਿਸੇ ਸਖ਼ਤ ਲਹਿਜੇ ਨਾਲ, ਕਿਸੇ ਧਰਨੇ ਮੁਜ਼ਾਹਰੇ, ਕਿਸੇ ਤੱਕ ਵੀ ਹੱਦ ਤੱਕ ਜਾ ਸਕਦੇ ਹਾਂ, ਪਰ ਇਹ ਗੱਲਾਂ ਨਾ ਕਰੋ, ਇਹ ਹਾਸੋਹੀਣ ਲੱਗਦੀਆਂ ਏ। ਇੱਕ ਪੰਜਾਬ ਛੋਟਾ ਸੂਬਾ, ਮੈਂ ਮੰਨਦਾ ਡਿਵਰਸੀਫਿਕੇਸ਼ਨ ਦੀਆਂ ਗੱਲਾਂ ਆਪਾਂ ਬਹੁਤ ਚਿਰਾਂ ਤੋਂ ਕਰ ਰਹੇ ਹਾਂ, ਕਈ ਲੋਕ ਨੇ ਜਦੋਂ ਤੁਸੀਂ ਕੈਬਨਿਟ ਸੀਗੇ, ਫਿਰ ਕੈਬਨਿਟ 'ਚ ਭਾਈ 2 ਸਾਲ ਤੋਂ ਉੱਤੇ ਸਮਾਂ ਲਾਇਆ, ਕੈਬਨਿਟ 'ਚ ਕੋਈ ਤੁਹਾਡਾ ਸੁਝਾਅ ਐਸਾ ਆਇਆ ਨਹੀਂ ਜਿਹਦੇ ਨਾਲ ਖੇਤੀ ਬਾਅਦ 'ਚ ਸਟੇਜਾਂ 'ਤੇ ਕਰਨੀਆਂ ਬੜੀਆਂ ਚੰਗੀਆਂ ਲੱਗਦੀਆਂ ਗੱਲਾਂ। ਕੈਬਨਿਟ ਦੇ ਵਿੱਚ ਦਰਜ ਕਰਵਾਓ ਮੈਨੂੰ, ਦੱਸਣ ਵੀ ਕਿਹੜੀ ਕੈਬਨਿਟ ਮੀਟਿੰਗ 'ਚ ਤੁਸੀਂ ਖੇਤੀ ਦੇ ਬਾਰੇ ਗੱਲ ਕੀਤੀ, ਡਿਵਰਸੀਫਿਕੇਸ਼ਨ ਬਾਰੇ ਗੱਲ ਕੀਤੀ, MSP ਬਾਰੇ ਗੱਲ ਕੀਤੀ, ਇੱਕ ਵੀ ਏਜੰਡਾ ਲੋਕਾਂ ਦੇ ਮੂਹਰੇ ਰੱਖੋ। ਅਤੇ ਜੇ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈਗਾ, ਚੰਗੀ ਗੱਲ ਆ, ਉਹ ਪ੍ਰੋਗਰਾਮ ਕੀ ਆ ਉਹ ਲੋਕਾਂ ਦੇ ਮੂਹਰੇ ਰੱਖੋ ਵੀ ਹਾਂ, ਦੱਸਣ ਵੀ ਕਿਸ ਤਰੀਕੇ ਨਾਲ 70,000 ਕਰੋੜ ਰੁਪਈਆ, ਇਹ ਗਲਤ ਗੱਲ ਆ, ਹੋਰ ਕਿੰਨੀ ਕੁ ਤੁਸੀਂ ਸ਼ਰਾਬ ਮਹਿੰਗੀ ਟੈਕਸ, ਕਿੰਨੀ ਕਿਹੜੀ ਚੋਰੀ ਆ ਹੁੰਦੀ ਹੋਊਗੀ, ਕਿੰਨੀ ਕੁ ਰੋਕ ਕੇ ਪੈਦਾ ਕਰ ਲਉਂਗੇ, ਕਿੰਨਾ ਕੁ ਰੇਤੇ 'ਚੋਂ, ਕਿੰਨਾ ਕੁ ਆਪਣੇ ਕਿਹੜਾ ਕੋਲਾ ਜਾਂ ਓਰ ਮਾਈਨਿੰਗਸ ਦੀਆਂ, ਆਪਣੇ ਸੋਨੇ ਦੀਆਂ ਜਾਂ ਸਟੀਲ ਦੀਆਂ ਖਾਨਾਂ ਕੱਢ ਲਾਂਗੇ, ਰੇਤੇ 'ਚੋਂ ਕਿੰਨਾ ਕੁ ਤੁਸੀਂ ਪੈਸਾ ਹੋਰ ਕੱਢ ਲਉਂਗੇ, ਹੋਰ ਲਾ ਲਓ 5,000 ਕਰੋੜ ਰੁਪਈਆ, ਤੁਸੀਂ ਵੱਧ ਤੋਂ ਵੱਧ 10,000 ਕਰੋੜ ਰੁਪਈਆ ਵੱਧ ਤੋਂ ਵੱਧ ਤੁਸੀਂ ਹੋਰ ਕਰ ਲਉਂਗੇ। ਜੇ ਆਪਾਂ ਪਹਿਲਾਂ ਹੀ ਹਰ ਸਾਲ ਟੋਟਲ ਬਜਟ ਆਪਣਾ 65,000 ਕਰੋੜ ਦਾ ਏ, ਅਤੇ 70,000 ਕਰੋੜ ਦੀਆਂ ਇਹੋ ਜਿਹੀਆਂ ਗਲਤ ਗੱਲਾਂ ਨਾ ਇਹ ਅਰਥ ਸ਼ਾਸਤਰੀ ਨੇ ਜਿਹੜੇ, ਕੋਈ ਵੀ ਖੇਤੀ ਮਾਹਰ ਨੇ ਬੜੇ ਤੋਂ ਬੜੇ, ਇਹ ਚਾਹੇ ਉਹਦੇ ਵਿੱਚ ਕੋਈ ਵੀ ਨਾ ਆ, ਤੁਸੀਂ ਇੱਕ ਨਾਲ ਜਾ ਕੇ ਸਲਾਹ ਕਰ ਲਓ, ਜੌਹਲ ਸਾਹਿਬ ਨਾਲ ਸਲਾਹ ਕਰ ਲਓ, ਹੋਰਾਂ ਨਾਲ, ਬਹੁਤ ਵੱਡੇ ਵੱਡੇ ਵਾਈਸ ਚਾਂਸਲਰ ਨੇ ਉਹਨਾਂ ਨਾਲ ਸਲਾਹ ਕਰ ਲਓ,
ਇਹ ਕੋਈ ਵੀ ਰਾਇ ਅਸੀਂ ਤੁਹਾਨੂੰ ਦੇ ਨਹੀਂ ਸਕਦਾ ਡਾਇਵਰਸੀਫਿਕੇਸ਼ਨ ਵਾਲੀ। ਹਰ ਆਪਣੀ ਧਰਤੀ ਆ, ਹਰ 'ਚ ਦਾਲਾਂ ਨਹੀਂ ਹੋ ਸਕਦੀਆਂ, ਹਰ ਜਗ੍ਹਾ ਝੋਨਾ ਨਹੀਂ ਹੋ ਸਕਦਾ, ਹਰ ਜਗ੍ਹਾ ਸਬਜ਼ੀਆਂ ਨਹੀਂ ਹੋ ਸਕਦੀਆਂ। ਜੋ ਆਪਣੇ ਕੋਲ ਹੁੰਦਾ ਹੈ ਉਹ ਆਪਾਂ ਦੇਸ਼ ਨੂੰ ਦਿੰਦੇ ਹਾਂ ਅਤੇ ਦੇਸ਼ ਲੈਂਦਾ ਰਹਿਣਾ ਹੈ। ਇਹ ਦੇਸ਼ ਆ ਆਪਣਾ, ਕਿਵੇਂ ਅਫੋਰਡ ਕਰ ਸਕਦਾ ਕਦੇ ਉਹ ਹਿੰਦੁਸਤਾਨ ਪੰਜਾਬੀਆਂ ਦੇ ਨਾਲ? ਜਿਵੇਂ ਜਿਵੇਂ ਦੱਸਿਆ ਵੀ ਕਿੰਨੇ ਨੰਬਰ ਫੌਜ 'ਚ ਨੇ, ਕਿੰਨੇ ਪੈਰਾਮਿਲਟਰੀ ਫੋਰਸਿਸ ਨੇ, ਕਿੰਨੇ ਟਰਾਂਸਪੋਰਟ ਚੱਲਦੀ ਆ, ਕਿੱਡੇ 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 ਸਾਡੇ ਹੋਰ ਕਾਰੋਬਾਰ ਨੇ, ਬਿਜ਼ਨਸ ਨੇ ਜਿਹੜਾ ਅਸੀਂ ਯੋਗਦਾਨ ਪਾਉਂਦੇ ਹਾਂ। ਅਸੀਂ ਤਾਂ ਪਹਿਲੇ ਦੂਜੇ ਨੰਬਰਾਂ 'ਚ ਹਰ ਜਗ੍ਹਾ ਹੈਗੇ ਹਾਂ, ਪਰ ਆਪਾਂ ਦੇਸ਼ ਦੇ ਨਾਲ ਰਹਿ ਕੇ ਐਵੇਂ ਭਾਵੁਕ ਹੋ ਕੇ ਭਾਸ਼ਣ, ਕਿਉਂਕਿ ਲੱਖਾਂ ਲੋਕ ਤੁਹਾਨੂੰ ਸੁਣਦੇ ਆ, ਲੱਖਾਂ ਫੋਲੋਅਰ ਨੇ ਜਿਹੜੇ ਉਹ ਤੁਹਾਡੀ ਗੱਲ ਜਿਹੜੀ ਸੁਣ ਕੇ ਉਸ 'ਤੇ ਵਿਚਾਰ ਕਰਦੇ ਆ। ਪਰ ਆਪਾਂ ਜੋ ਲੈਣਾ, MSP ਹੋਰ ਲੈਣੀ ਆ, ਡਾਇਵਰਸੀਫਿਕੇਸ਼ਨ ਕਿਵੇਂ ਲਿਆਉਣੀ ਆ, ਹੋਰ ਅੱਗੇ ਲਾਹੇਮੰਦ ਖੇਤੀ ਨੂੰ ਕਿਵੇਂ ਬਣਾਉਣਾ ਹੈ, ਉਹ ਅੱਜ ਆਪਾਂ ਕਿਤੇ ਦੇ ਸਕਦੇ ਹਾਂ। ਆਪਾਂ ਰੋਟਾਵੀਟਰ ਚੱਲਦੇ ਆ, ਸੁਪਰ ਸੀਡਰ ਚੱਲਦੇ ਆ, ਕਿੰਨਾ ਕਿੰਨਾ ਪੈਸਾ ਹੈ ਡਾਇਵਰਸੀਫਿਕੇਸ਼ਨ ਲਈ, ਉਹ ਸੈਂਟਰ ਤੋਂ ਆਉਂਦਾ ਹੈ। ਹੋਰ ਸਬਸਿਡੀ ਖਾਦਾਂ ਹੈ ਜਿਹੜੀਆਂ ਉਹ ਆਉਂਦੀਆਂ, ਆਪਾਂ ਕਿੱਥੋਂ ਲਿਆਵਾਂਗੇ? ਇਹ ਅੱਡ ਹੋਣ ਦੀ ਗੱਲ ਤੁਸੀਂ ਪੰਜਾਬ ਦੀ ਹਿੰਦੁਸਤਾਨ ਦਾ ਨਾ ਕਰੋ। ਸਭ ਤੋਂ ਵੱਡੀਆਂ ਆਜ਼ਾਦੀਆਂ, ਆਜ਼ਾਦੀ ਲਈ ਅਸੀਂ ਜਾਨਾਂ ਦਿੱਤੀਆਂ, ਉਦੋਂ ਬਾਅਦ ਅਸੀਂ ਸਭ ਕੁਛ ਕੀਤਾ ਦੇਸ਼ ਲਈ। ਦੇਸ਼ ਸਾਡੇ ਲਈ ਕਰੂਗਾ, ਲੜਾਈ ਲੜਨੀ ਹੈ ਉਹ ਲੜਾਂਗੇ, ਹੱਥ ਇਕੱਠੇ ਹੋ ਕੇ ਲੜਾਂਗੇ ਆਪਾਂ ਲੜਾਈ। ਪਰ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ, ਆਪਾਂ ਇਹ ਚੀਜ਼ਾਂ ਸੈਂਟਰ ਤੋਂ ਵੀ ਲੈਣੀਆਂ, ਕਿਉਂ ਨਹੀਂ ਲੈਣੀਆਂ? ਅਸੀਂ ਬਹੁਤ ਚੀਜ਼ਾਂ ਹੈ ਜਿਹੜੀਆਂ, ਕਿੰਨੇ ਸ਼ਹੀਦ ਦਿੰਦੇ ਹਾਂ ਉਹਨਾਂ, ਜਿਹੜੇ ਸਾਡੇ ਨੌਜਵਾਨ ਬਾਰਡਰਾਂ 'ਤੇ ਸਾਡੇ ਸ਼ਹੀਦ ਹੁੰਦੇ ਆ ਦੇਸ਼ ਨੂੰ ਬਚਾਉਣ ਖਾਤਰ, ਉਹਦਾ ਮੁੱਲ ਹੈ ਕੋਈ? ਉਹ ਨੌਜਵਾਨ ਕੌਣ ਦਿੰਦਾ ਹੈ? ਇਸ ਕਰਕੇ ਇਹਨਾਂ ਤੋਂ ਹੀ ਸਭ ਕੁਛ ਲੈਣਾ ਹੈ, ਉਹ ਸਾਡਾ ਹਿੱਸਾ ਹੈ। ਅਸੀਂ ਕੋਈ ਬਾਹਰਲੇ ਹਾਂ? ਅਸੀਂ ਕੋਈ ਪਾਕਿਸਤਾਨ ਦੇ ਹਾਂ ਜਾਂ ਅਫਗਾਨਿਸਤਾਨ ਦੇ? ਸਾਡਾ ਦੇਸ਼ ਆ, ਅਸੀਂ ਇਸ ਦੇਸ਼ 'ਤੇ ਜਿਹੜਾ ਯੋਗਦਾਨ ਪਾਉਂਦੇ ਹਾਂ ਉਹਦੇ 'ਚੋਂ ਆਪਣਾ ਹਿੱਸਾ ਲੈਣਾ। ਉਹ ਲੜਾਈ ਆ ਜਿਹੜੀ ਉਹ ਲੜਨੀ ਲੜਨੀ ਆ, MSP ਰੱਖਣੀ ਰੱਖਣੀ ਆ, ਰੱਖਣੀ ਪਊਗੀ ਇਹਨਾਂ ਨੂੰ, ਉਹ ਦੇਖਾਂਗੇ ਕਿਵੇਂ ਨਹੀਂ ਰੱਖਣਗੇ ਇਹ। ਪਰ ਅਲੱਗ ਹੋਣ ਦੀ ਗੱਲ, ਪੰਜਾਬ ਆਪਣੇ ਭਾਰ ਜਿੰਨਾ ਪੰਜਾਬ ਚੱਕ ਰਿਹਾ ਬਹੁਤ ਆ, ਇਦੋਂ ਇਹ ਗੱਲਾਂ ਨਾ ਕਰੋ। ਆਪਾਂ ਨਾ ਤਾਂ ਦੂਜੇ ਸਾਲ ਆਪਾਂ ਜਿੰਨੀ ਆਪਣੇ ਸਾਰੀ ਸਪੇਸ ਆ ਨਾ, ਉਹਨੇ 'ਚ ਤਾਂ ਆਪਣੀ ਫਸਲ ਅੰਬਾਰ ਲੱਗ ਜਾਣਗੇ, ਦੂਜੇ ਸਾਲ ਆਪਾਂ ਫਸਲ ਨਹੀਂ ਕਿਤੇ ਰੱਖ ਸਕਾਂਗੇ। ਦੂਜੇ ਦੇਸ਼ ਨੇ ਜਿਹੜੇ ਉਹ ਕੌਣ ਲੈਂਦਾ ਆਪਣੀ, ਜਿਹੜੇ ਆਪਾਂ ਜਿਹੜੇ ਆਪਣੀ ਵਰਾਇਟੀਜ਼ ਨੇ ਉਹ ਤਾਂ ਮੈਂ ਸਮਝਦਾ ਪੰਜਾਬ ਤੋਂ ਬਾਹਰ ਸਾਰੇ ਦੇਸ਼ ਵਾਲੇ ਉਹਨੂੰ ਵਰਤਦੇ ਆ, ਖਾਂਦੇ ਆ, PDS 'ਚ ਵਰਤਦੇ ਆ, ਉਹ ਚੱਲਦੇ ਰਹਿਣਾ। ਅਤੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਜਿਹੜੇ ਬੜੇ ਲੀਡਰ ਨੇ, ਜਿਹੜੇ ਆਪ ਕੈਬਨਿਟ ਰਹੇ ਨੇ, ਮੰਤਰੀ ਰਹੇ, ਆਪ MP ਰਹੇ ਆ, ਉਹਨਾਂ ਨੂੰ ਮੈਂ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ, ਪਰ ਬੜੀ ਸੋਚ ਕੇ ਗੱਲ ਕਰਨੀ ਚਾਹੀਦੀ ਆ। ਜਿਹਦਾ ਕੋਈ ਸਿਰ ਪੈਰ ਹੋਵੇ, ਐਵੇਂ ਹਵਾ 'ਚ ਤੀਰ ਮਾਰੀ ਜਾਣੇ ਆ, ਉਹਦਾ ਕੋਈ ਫਾਇਦਾ ਨਹੀਂ। ਉਹ ਦਿਨ ਨਹੀਂ ਗਏ ਹੁਣ, ਤੁਸੀਂ ਮਤਲਬ ਕਹਿਣ ਦਾ ਹਾਸੇ ਵਾਲੀਆਂ ਗੱਲਾਂ ਹੈ, ਕਈ ਵਾਰ ਛੇਕ ਚਿੱਲੀ ਵਾਲੀਆਂ ਗੱਲਾਂ ਹੈ ਜਿਹੜੀਆਂ ਲੋਕ ਵੀ ਸਮਝਦੇ, ਕਿਸਾਨ ਵੀ ਸਮਝਦੇ ਆ। ਅਤੇ ਇਸ ਕਰਕੇ ਦਾਇਰੇ 'ਚ ਰਹਿ ਕੇ ਲੋਕਾਂ ਨੂੰ ਹੱਕ ਦਿਵਾਉਣ ਦੀ ਗੱਲ ਕਰੋ, ਵੱਡੀਆਂ ਗੱਲਾਂ ਨਾ ਕਰੋ। ਨਾ ਪੰਜਾਬ ਖਰੀਦ ਸਕੇ, ਨਾ ਪੰਜਾਬ ਕੋਲ ਪੈਸੇ ਆਉਣ, ਅਤੇ ਨਾ ਆਪਾਂ MSP ਦੇ ਸਕੀਏ, ਵਿਹਲੇ ਤਾੜੀਆਂ ਮਾਰ ਕੇ ਮਰਵਾ ਕੇ ਘਰੇ ਚਲੇ ਜਾਓ। ਇਸ ਕਰਕੇ ਇਹ ਜਿਹੜੀ ਖਰੀਦ ਆ ਇਹ ਸੈਂਟਰ ਤੋਂ ਹੀ ਕਰਵਾਉਣੀ ਆ ਅਤੇ ਲਾਗੂ ਰੱਖਣੀ ਆ। ਉਸ ਗੱਲ ਵੱਲ ਨੂੰ ਉਤਰੋ, ਉਸ ਵੱਲ ਨੂੰ ਸੰਘਰਸ਼ ਕਰੋ। ਠੀਕ ਆ ਜਿਹੜੇ ਖੁਦ ਮੁਖਤਿਆਰੀ ਦੇ ਆ, ਜਿਹੜੇ ਹੋਰ ਚੀਜ਼ਾਂ ਹੈ ਉਹ ਜਿਹੜੇ ਉਹ ਲੜਨਾ ਹੈ, ਪਰ ਆਪਣੇ ਦੇਸ਼ ਨਾਲ ਲੜਨਾ ਹੈ, ਹੋਰ ਕਿਸੇ ਨਾਲ ਨਹੀਂ। ਧੰਨਵਾਦ।